ਹੱਲੇ ਬੰਨੇ ਆਇਆ ਸ਼ੰਭੂ ਬੰਨ ਲੈਣੀ ਦਿੱਲੀ ਵੀ ਇਹ ਜਾਲੀ ਸਰ ਕਾਰਾ ਦੇ ਤਾਂ ਦੇਣੀ ਕਿੱਲੀ ਜੀ ਕਿੰਨੇ ਛੱਡ ਲਓ ਡਰੋਨ ਪਾ ਦੋ ਸੜਕਾਂ ਤੇ ਕਿੱਲਾ ਇਹ ਪੰਜਾਬ ਦਾ ਆ ਖੂਨ ਇੱਦਾਂ ਹੋਣਾ ਨਹੀਂ ਢਿੱਲਾ ਤੱਕਾ ਸਾਡੇ ਨਾਲ ਨਾ ਕਰੋ ਨਹੀਂ ਤਾਂ ਪੈ ਜਾਣਾ ਭਾਰੀ ਸਾਡੇ ਮੋੜ ਦਿਓ ਹੱਕ ਤੁਹਾਡੀ ਵੀ ਤਾਂ ਆਉਣੀ ਵਾਰੀ ਚੱਕ ਮਾਰਨੀਆਂ ਇੱਟਾਂ ਰੋਡ ਕਰ ਦੇਣੇ ਜਾਮ ਇੱਕ ਕਿਸਾਨ ਦੀ ਆਵਾਜ਼ ਮਾੜਾ ਹੋਣਾ ਅਨਜਾਮ ਰੋਡ ਕਰ ਦੇਣਾ ਜਾਮ ਦੇਸ਼ ਕਰ ਦੇਣਾ ਬੰਦ ਫਿਰ ਵੀ ਤਾਂ ਤੁਸੀਂ ਆ ਕੇ ਪੈਰਾਂ ਵਿੱਚ ਗਿਰੋਗੇ ਰੋਡ ਕਰ ਦੇਣਾ ਜਾਮ ਦੇਸ਼ ਕਰ ਦੇਣਾ ਬੰਦ ਫਿਰ ਵੀ ਤਾਂ ਤੁਸੀਂ ਆ ਕੇ ਪੈਰਾਂ ਵਿੱਚ ਗਿਰੋਗੇ ਮੈਂ ਜੀ ਹੁਣੇ ਪਿਛਲੇ ਸਾਲ ਰੈਪ ਕੱਢਿਆ ਸੀ ਮੈਂ ਬੋਲਦਾ ਪੰਜਾਬ ਅਤੇ ਇਸ ਸਾਲ ਮੈਂ ਤੁਹਾਡੇ ਸਭ ਦੇ ਲਈ ਕਿਸਾਨਾਂ ਦੇ ਲਈ ਕਿਸਾਨਾਂ ਨੂੰ ਸਪੋਰਟ ਕਰਨ ਦੇ ਲਈ ਇੱਕ ਨਵਾਂ ਰੈਪ ਲੈ ਕੇ ਆਇਆ ਵਾ ਜੀ ਕਿਸਾਨ ਜਿੰਦਾਬਾਦ ਜਿਸ ਨਾਲ ਕਿਸਾਨਾਂ ਨੂੰ ਜੋਸ਼ ਮਿਲੇ ਉਹ ਆਪਣੇ ਹੱਕ ਲੈਣ ਹਾਂਜੀ ਅਤੇ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਵੀ ਕਿਸਾਨਾਂ ਪ੍ਰਤੀ ਜਿਹੜਾ ਗਾਣਾ ਕੱਢਣਾ ਚਾਹੀਦਾ ਵਾ ਕਿੱਥੋਂ ਸੇਧ ਮਿਲੀ ਮੈਨੂੰ ਤਾਂ ਜੀ ਪਾਪਾ ਨੇ ਵੀ ਕਿਹਾ ਸੀਗਾ ਜੀ ਮੇਰੇ ਅਤੇ ਮੈਂ ਆਪ ਵੀ ਸੋਸ਼ਲ ਮੀਡੀਆ 'ਤੇ ਦੇਖਦਾ ਆਇਆ ਵਾ ਜੀ ਕਿਸਾਨਾਂ ਨੂੰ ਉਹ ਧਰਨੇ 'ਤੇ ਬੈਠੇ ਨੇ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਆ ਇਸ ਕਰਕੇ ਜੀ ਮੈਂ ਗਾਣਾ ਬਣਾਇਆ ਜੀ ਤੁਹਾਡੀ ਏਜ ਹੋਰ ਕੁਝ ਸੁਣਾਓਗੇ ਹਾਂਜੀ ਮੇਰੀ ਏਜ ਜੀ 17 ਆ ਜੀ ਅਤੇ ਮੈਂ ਰੈਪ ਸੁਣਾਉਣ ਲੱਗਾ ਜੀ ਆਪਣਾ ਹੱਲੇ ਬੰਨੇ ਆਇਆ ਸ਼ੰਭੂ ਬੰਨ ਲੈਣੀ ਦਿੱਲੀ ਵੀ ਇਹ ਜਾਲੀ ਸਰ ਕਾਰਾ ਦੇ ਤਾਂ ਦੇਣੀ ਕਿੱਲੀ ਜੀ ਕਿੰਨੇ ਛੱਡ ਲਓ ਡਰੋਨ ਪਾ ਦੋ ਸੜਕਾਂ ਤੇ ਕਿੱਲਾ ਇਹ ਪੰਜਾਬ ਦਾ ਆ ਖੂਨ ਇੱਦਾਂ ਹੋਣਾ ਨਹੀਂ ਢਿੱਲਾ ਤੱਕਾ ਸਾਡੇ ਨਾਲ ਨਾ ਕਰੋ ਨਹੀਂ ਤਾਂ ਪੈ ਜਾਣਾ ਭਾਰੀ ਸਾਡੇ ਮੋੜ ਦਿਓ ਹੱਕ ਤੁਹਾਡੀ ਵੀ ਤਾਂ ਆਉਣੀ ਵਾਰੀ ਚੱਕ ਮਾਰਨੀਆਂ ਇੱਟਾਂ ਰੋਡ ਕਰ ਦੇਣੇ ਜਾਮ ਇੱਕ ਕਿਸਾਨ ਦੀ ਆਵਾਜ਼ ਮਾੜਾ ਹੋਣਾ ਅਨਜਾਮ ਰੋਡ ਕਰ ਦੇਣਾ ਜਾਮ ਦੇਸ਼ ਕਰ ਦੇਣਾ ਬੰਦ ਫਿਰ ਵੀ ਤਾਂ ਤੁਸੀਂ ਆ ਕੇ ਪੈਰਾਂ ਵਿੱਚ ਗਿਰੋਗੇ ਰੋਡ ਕਰ ਦੇਣਾ ਜਾਮ ਦੇਸ਼ ਕਰ ਦੇਣਾ ਬੰਦ ਫਿਰ ਵੀ ਤਾਂ ਤੁਸੀਂ ਆ ਕੇ ਪੈਰਾਂ ਵਿੱਚ ਗਿਰੋਗੇ ਲੋਕਾਂ ਨੂੰ ਜੀ ਕਹਿਣਾ ਚਾਹੁੰਦੇ ਹਾਂ ਜੀ ਤੁਸੀਂ ਵੀ ਧਰਨੇ 'ਤੇ ਜਾਓ ਉਹਨਾਂ ਦੀ ਸਪੋਰਟ ਕਰੋ ਕਿਸਾਨਾਂ ਨੂੰ ਸਪੋਰਟ ਕਰੋ ਹਾਂਜੀ ਅੱਛਾ ਤੁਸੀਂ ਲਿਖਿਆ ਕਿਹਨੇ ਗਈ ਤੇ ਲਿਖਿਆ ਜੀ ਮੈਂ ਆਪ ਹੀ ਆ ਜੀ ਸਾਰੇ ਬੋਲ ਸਾਰੇ ਆਪ ਲਿਖੇ ਹਾਂਜੀ ਹਾਂਜੀ ਅਤੇ ਹੈਲਪ ਵੀ ਕੀਤੀ ਸੀ ਮੇਰੇ ਚਾਚੂ ਜੀ ਨੇ ਡੈਨੀ ਭਾਰੂ ਜੀ ਨੇ ਥੋੜ੍ਹੀ ਸਰਕਾਰ ਵੀ ਕਾਫੀ ਸਹਿਯੋਗ ਕਰ ਰਹੀ ਹੈ ਹਾਂਜੀ ਹਾਂਜੀ ਅੱਗੇ ਕੀ ਅੱਗੇ ਜੀ ਆਈ ਆ ਹੁਣ ਲੋਕਾਂ ਨੂੰ ਸਪੋਰਟ ਕਰਨਾ ਵਾ ਕਿਸਾਨਾਂ ਨੂੰ ਸਪੋਰਟ ਕਰਨਾ ਜੀ ਅੱਛਾ ਕਿਸਾਨੀ ਧਰਨੇ ਤੇ ਪਹਿਲਾਂ ਗਏ ਸੀ ਤੁਸੀਂ ਪਹਿਲਾਂ ਤਾਂ ਨਹੀਂ ਗਏ ਜੀ ਪਰ ਅਸੀਂ ਕੱਲ੍ਹ ਜਾਂਦੇ ਪਏ ਹਾਂ ਧਰਨੇ 'ਤੇ ਹਾਂਜੀ ਅੱਛਾ ਜਿਸ ਤਰ੍ਹਾਂ ਪਹਿਲਾਂ ਇੱਕ ਗੀਤ ਜਿਹੜਾ ਸੀਗਾ ਸ਼੍ਰੀ ਬਰਾੜ ਨੇ ਲਿਖਿਆ ਸੀਗਾ ਗਾਇਆ ਸੀਗਾ ਜਾਗੋ ਨੂੰ ਲੈ ਕੇ ਉਹਦੇ ਦੇ ਉੱਤੇ ਪਰਚਾ ਵੀ ਦਰਜ ਹੋ ਗਿਆ ਹਾਂਜੀ ਹਾਂਜੀ ਕੋਈ ਮਨ ਦੇ ਵਿੱਚ ਡਰ ਪਾਉਂ ਨਹੀਂ ਨਹੀਂ ਜੀ ਇੱਦਾਂ ਦੀ ਗੱਲ ਨਹੀਂ ਡਰ ਡਰ ਨਹੀਂ ਅੱਗੇ ਵੀ ਸਪੋਰਟ ਜਿਹੜੀ ਹੈ ਕਿਸਾਨਾਂ ਨੂੰ ਹਾਂਜੀ ਹਾਂਜੀ ਹਮੇਸ਼ਾ ਜੀ ਇੱਕ ਇਹਨਾਂ ਦਾ ਮੈਂ ਪਹਿਲਾਂ ਟਰੈਕ ਕੀਤਾ ਸੀਗਾ ਇਹ ਆਪਣਾ ਐੱਮ ਐੱਲ ਏ ਸਾਹਿਬ ਮੇਰੇ ਕੋਲ ਆਇਆ ਇੱਕਦਮ ਇਹ ਮੁੰਡਾ ਇੰਨਾ ਇੰਟੈਲੀਜੈਂਟ ਆ ਕਹਿੰਦਾ ਆਪਾਂ ਵੀ ਕਿਸਾਨਾਂ 'ਤੇ ਵੀ ਕੋਈ ਚੀਜ਼ ਨਵੀਂ ਬਣਾਉਣੀ ਆ ਅਤੇ ਮੈਂ ਕਹਿਣਾ ਕੋਈ ਨਾ ਪੁੱਤਰ ਤੂੰ ਆ ਜਾ ਅਤੇ ਇਹਨੇ ਮਤਲਬ ਕਿ ਇੱਕ ਘੰਟੇ ਦੇ ਵਿੱਚ ਸਾਰਾ ਕੁਛ ਗਾਣਾ ਆਪ ਲਿਖਿਆ ਅਤੇ 2 ਦਿਨ 'ਚ ਹੀ ਰਿਕਾਰਡ ਕੀਤਾ ਜੀ ਅਤੇ ਬਹੁਤ ਬਹੁਤ ਮੈਂ ਮੁਬਾਰਕਾਂ ਦਿੰਦਾ ਇਹਨਾਂ ਨੂੰ ਸਾਰੀ ਟੀਮ ਨੂੰ ਮਿਊਜ਼ਿਕ ਤੁਸੀਂ ਹਾਂਜੀ ਹਾਂਜੀ ਪਹਿਲਾਂ ਵੀ ਤੁਸੀਂ ਇਹਨਾਂ ਦੇ ਜਿਹੜੇ ਗਾਣੇ ਇਹਨਾਂ ਨੇ ਗਾਏ ਉਹਨਾਂ 'ਚ ਵੀ ਤੁਸੀਂ ਮਿਊਜ਼ਿਕ ਦਿੰਦੇ ਰਹੇ ਨਹੀਂ ਮੈਂ ਪਹਿਲਾਂ ਗਾਣਾ ਇਹਨਾਂ ਦਾ ਕੁਛ ਹਟ ਕੇ ਕਰ ਰਿਹਾ ਸੀਗਾ ਪਰ ਇਹਦਾ ਮੈਨੂੰ ਫੋਨ ਆਇਆ ਰਾਤੀ ਵੀ ਚਾਚਾ ਆਪਾਂ ਨਵਾਂ ਗੀਤ ਕਰਨਾ ਆ ਅਤੇ ਕਿਸਾਨਾਂ 'ਤੇ ਮੈਂ ਕਹਿੰਦਾ ਕੋਈ ਨਾ ਪੁੱਤਰ ਤੂੰ ਸਵੇਰੇ ਆ ਜਾ ਵੀ ਆਪਾਂ ਬਹਿ ਕੇ ਸ਼ੁਰੂ ਕਰ ਲੈਂਦੇ ਕੰਮ ਅਤੇ ਇੱਕ ਮੈਂ ਪੈਰਾ ਇਹਨਾਂ ਦੇ ਵਿੱਚ ਜੋ ਆਪਣਾ ਉੱਥੇ ਮੁੰਡਾ ਸ਼ਹੀਦ ਹੋਇਆ ਕਿਸਾਨੀ ਮੋਰਚੇ ਦੇ ਵਿੱਚ ਅਤੇ ਮੈਂ ਕਿਹਾ ਤੂੰ ਇਹਦੇ ਬਾਰੇ ਵੀ ਯਾਰ ਕੁਛ ਲਿਖ ਇਸ ਮੁੰਡੇ ਨੇ 2 ਮਿੰਟ ਲਾ ਕੇ ਉਹਨੂੰ ਆਪਣੇ ਲਫ਼ਜ਼ਾਂ 'ਚ ਪਰਾ ਕੇ ਅਤੇ ਬਹੁਤ ਅੱਛਾ ਗਾਇਆ ਤੁਸੀਂ ਸਾਰਾ ਟਰੈਕ ਸੁਣੋਗੇ ਤੁਹਾਨੂੰ ਪਤਾ ਲੱਗੇਗਾ ਜੀ ਅੱਛਾ ਕਿੰਨੇ ਕੁ ਨੌਜਵਾਨ ਇਸ ਲਾਈਨ 'ਚ ਆ ਰਹੇ ਆ ਜੇ ਆਪਾਂ ਗੱਲ ਕਰੀਏ ਕਿਸਾਨੀ ਅੰਦੋਲਨ ਦੇਖ ਕੇ ਜਾਂ ਕੋਈ ਹੋਰ ਦੇਖੋ ਜੀ ਬਹੁਤ ਆ ਰਹੇ ਐਤਕੀ ਜੋ ਆਪਣੇ ਸਿੰਗਰ ਜਿਹਨੇ ਭਾਈਚਾਰੇ ਨੇ ਉਹ ਐਤਕੀ ਬਹੁਤ ਘੱਟ ਗਏ ਆ ਅਤੇ ਮੈਨੂੰ ਇਹੀ ਆ ਵੀ ਚਲੋ ਉਹਨਾਂ ਨੂੰ ਜਾਣਾ ਚਾਹੀਦਾ ਸ਼ਾਇਦ ਪਤਾ ਨਹੀਂ ਕੀ ਕੋਈ ਡਰ ਆ ਮਨ 'ਚ ਜਾਂ ਨਹੀਂ ਗਏ ਤਾਂ ਬੇਨਤੀ ਇਹੀ ਆ ਜੀ ਉੱਥੇ ਜਾਓ ਅਤੇ ਆਪਾਂ ਵੀ ਹਿੱਸਾ ਬਣੀਏ ਉਹਨਾਂ ਦੇ ਦੁੱਖ ਦਾ ਜੋ ਸਾਡੇ ਕਿਸਾਨਾਂ ਨਾਲ ਬਾਰਡਰਾਂ 'ਤੇ ਸੂਬੇ ਦੀਆਂ ਸਰਕਾਰਾਂ ਕੇਂਦਰ ਦੀਆਂ ਸਰਕਾਰਾਂ ਧੱਕਾ ਕਰ ਰਹੀਆਂ ਨੇ ਉਹਨਾਂ ਦੇ ਹੱਕ ਵਿੱਚ ਆਵਾਜ਼ ਉਠਾ ਕੇ ਮੈਂ ਸਮਝਦਾ ਵੀ ਸਾਡਾ ਸਿਰ ਉੱਚਾ ਕਰਿਆ ਅਤੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਸ ਗਾਣਾ
ਇਹਨੂੰ ਇੰਨੀਆਂ ਉਚਾਈਆਂ 'ਤੇ ਲੈ ਕੇ ਜਾਵੇ ਕਿ ਲੋਕ ਦੇਖਣ ਯਾਰ ਵੀ ਇਹਨੇ ਲੋਕ ਕਿਸਾਨਾਂ ਦੇ ਹੱਕ 'ਚ, ਧਰਤੀ ਮਾਂ ਦੇ ਪੁੱਤ ਦੇ ਹੱਕ ਵਿੱਚ ਨਾਰਾ ਮਾਰਿਆ ਸੀ, ਤਾਂ ਇਹਦਾ ਇਹਨੂੰ ਹੈ ਜਿਹੜਾ ਐਡਾ ਵੱਡਾ ਕੁਦਰਤ ਨੇ, ਮਾਂ ਸਰਸਵਤੀ ਨੇ ਐਡਾ ਵੱਡਾ ਨਾਮ ਦਿੱਤਾ। ਐਮਐਲਏ ਸਾਹਿਬ, ਇੱਕ ਵੀ ਸਵਾਲ ਆਉਂਦਾ ਹੈ ਕਿ ਕਿਸਾਨਾਂ ਦੇ ਨਾਲ ਜਾਂ ਕਿਸਾਨੀ ਦੇ ਨਾਲ ਇਹਨਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ, ਫਿਰ ਵੀ ਇੱਕ ਦਰਦ ਨੌਜਵਾਨ। ਦੇਖੋ, ਗੱਲ ਤਾਂ ਉਹੀ ਹੈ ਨਾ ਜੀ, ਇਹ ਇੱਕ ਵਾਲਮੀਕ ਭਾਈਚਾਰੇ ਨਾਲ ਸੰਬੰਧਿਤ ਹੈ, ਚਾਹੇ ਸਾਡੇ ਸਮਾਜ ਦੇ ਵਿੱਚ ਊਚ ਨੀਚ ਜਾਤ ਦਾ ਕੋਈ ਸਵਾਲ ਨਹੀਂ, ਇਹ ਇੱਕ ਵਾਲਮੀਕ ਭਾਈਚਾਰੇ ਦਾ ਬੱਚਾ ਹੋਣ ਦੇ ਨਾਤੇ ਕਿਸਾਨੀ ਦੇ ਦਰਦ ਨੂੰ ਸਮਝਦੇ ਹੋਏ, ਕਿਉਂਕਿ ਅਨਾਜ ਤਾਂ ਹਰੇਕ ਬੰਦੇ ਨੇ ਖਾਣਾ ਨਾ, ਚਾਹੇ ਕਿਸੇ ਵੀ ਜਾਤੀ ਦਾ, ਕਿਸੇ ਵੀ ਧਰਮ ਦਾ, ਹਰੇਕ ਨੇ ਅਨਾਜ ਖਾਣਾ। ਮੈਂ ਸਮਝਦਾ ਵੀ ਦਿੱਲੀ ਦੀਆਂ ਸਰਕਾਰਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੋ ਅਨਾਜ ਖਾ ਕੇ ਅਸੀਂ ਐਨਰਜੀ ਲੈਂਦੇ ਹਾਂ, ਜਾਂ ਇਸ ਜਿਹੜੀ ਹੈ ਦੁਕਾਨ ਸਾਡੀ, ਜਿਹੜਾ ਇਹ ਸਾਡੀ ਮਸ਼ੀਨਰੀ ਜਿਸ ਚੀਜ਼ 'ਤੇ ਚੱਲਦੀ ਹੈ, ਅਗਰ ਅਸੀਂ ਉਹਨੂੰ ਪੈਦਾ ਕਰਨ ਵਾਲੇ ਨਾ ਉਹਦੇ ਨਾਲ ਧੱਕਾ ਕਰਦੇ ਹਾਂ, ਮੈਂ ਸਮਝਦਾ ਵੀ ਕੁਦਰਤ ਕਿਤੇ ਵੀ ਇਹਨਾਂ ਦੇ ਇਸ ਗੁਨਾਹ ਨੂੰ ਮਾਫ਼ ਨਹੀਂ ਕਰੂਗੀ। ਅਤੇ ਮੈਂ ਲਵਿਸ਼ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਕਿਉਂਕਿ ਮੈਂ ਕਿਸਾਨ ਦਾ ਪੁੱਤ ਹਾਂ, ਮੈਂ ਸਮਝਦਾ ਵੀ ਇਹਨੇ ਮੇਰੇ ਲਈ ਹਾਦਾ ਨਾਦਾ ਮਾਰਿਆ। ਜਦੋਂ ਮੇਰੇ ਲਈ ਹਾਦਾ ਨਾਦਾ ਮਾਰਿਆ ਤਾਂ ਮੇਰਾ ਫਰਜ਼ ਬਣਦਾ ਕਿ ਮੈਂ ਇਸ ਬੱਚੇ ਦੇ ਹਰੇਕ ਦੁੱਖ ਸੁੱਖ ਦੇ ਵਿੱਚ, ਹਰੇਕ ਇਹਦੀ ਖੁਸ਼ੀ ਦੇ ਵਿੱਚ ਆ ਕੇ ਖੜਾ ਹੋਵਾਂ। ਲੱਗਦਾ ਕਿ ਹੋਰਾਂ ਜਿਹੜੇ ਸਿੰਗਰ ਨੇ ਜਾਂ ਕੋਈ ਜਿਹੜੇ ਰਾਈਟਰ ਨੇ, ਉਹਨਾਂ ਨੂੰ ਜਿਹੜੀ ਅਸੀਸ ਲੈਣੀ ਚਾਹੀਦੀ ਹੈ ਵੀ? ਮੈਂ ਕਹਿੰਦਾ ਸਿੰਗਰ ਛੱਡ ਕੇ ਸਮੁੱਚੇ ਪੰਜਾਬੀਆਂ ਨੂੰ, ਦੇਸ਼ ਵਾਸੀਆਂ ਨੂੰ ਇਸ ਕਿਸਾਨਾਂ ਦੇ ਹੱਕ ਵਿੱਚ ਉੱਠ ਕੇ ਖੜਾ ਹੋਣਾ ਚਾਹੀਦਾ, ਕਿਉਂਕਿ ਆਪਦੇ ਲਈ ਤਾਂ ਯਾਰ ਉਹ ਮੰਗਦੇ ਕੁਛ ਨਹੀਂ, ਉਹ ਤਾਂ ਮੰਗਦੇ ਨੇ ਤੁਹਾਡੇ ਸਾਡੇ ਲੋਕਾਂ ਲਈ। ਜੇ ਆਪਾਂ ਜਦੋਂ ਜਿਹੜੀ ਲੋਕਾਂ ਦੀ ਆਵਾਜ਼ ਬਣ ਕੇ ਉਹ ਦਿੱਲੀ ਦੇ ਬਾਰਡਰਾਂ 'ਤੇ ਕੁੱਟ ਖਾ ਰਹੇ ਨੇ, ਅੱਜ 8ਵੇਂ ਕਿਸਾਨ ਦੀ ਜਿਹੜੀ ਹੈ ਸ਼ਹਾਦਤ ਹੋਈ ਹੈ, ਮੈਂ ਸਮਝਦਾ ਵੀ ਹਰੇਕ ਬੰਦੇ ਨੂੰ ਉੱਠ ਕੇ, ਜਿਵੇਂ ਲਵਿਸ਼ ਨੇ ਸਾਥ ਦਿੱਤਾ, ਹਰੇਕ ਬੰਦੇ ਨੂੰ ਉੱਠ ਕੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ।